ਕਹਿੰਦਾ ਭਾਜਾ ਹੀ ਸੀ ਆਪਣੇ ਘਰੋਂ ਅਤੇ ਉਹਨੇ ਮੈਨੂੰ 7 ਕੁ ਦਿਨ ਨਾਲ ਰੱਖ ਕੇ ਮੈਨੂੰ ਗਾਂਹ ਵੇਚਤਾ। ਉਹ ਆਂਟੀ ਨੇ ਗਾਂਹ ਦੀ ਗਾਂਹ ਮੈਨੂੰ ਵੇਚਤਾ ਇਹਨਾਂ ਕੋਲ। ਸਰ ਇਹਨਾਂ ਨੇ 2 ਸਾਲ ਮੈਨੂੰ ਪਾਬੰਦੀਆਂ 'ਚ ਰੱਖਿਆ, ਮੈਨੂੰ ਮਾਰਿਆ ਕੁੱਟਿਆ, ਮੇਰਾ ਸ਼ੋਸ਼ਣ ਕੀਤਾ, ਮੇਰੇ ਨਾਲ ਧੰਦਾ ਕਰਾਉਂਦੀਆਂ ਰਹੀਆਂ ਮੇਰੇ ਤੋਂ। ਇਹ ਤਾਂ ਇਹਦੀ ਕੁੜੀ, ਇਹਦਾ ਮੁੰਡਾ, ਹਰ ਇੱਕ ਜੀ ਮੈਨੂੰ ਇਹਦਾ ਘਰ ਦਾ ਕੁੱਟਦਾ ਰਿਹਾ ਸੀ। ਸਰ ਮੈਂ ਜ਼ਬਰਦਸਤੀ ਇਹਨਾਂ ਤੋਂ ਤੰਗ ਹੋ ਕੇ ਵੀਡੀਓ ਪਾਈ। ਕੋਈ ਵੀਰੇ ਪ੍ਰਤਾਪ ਨੂੰ ਮੈਂ ਬਹੁਤ ਥੈਂਕ ਯੂ ਕਰਦੀ ਕਿ ਮੇਰੀ ਵੀਡੀਓ ਕਰਕੇ ਉਹਨਾਂ ਨੇ ਮੇਰੀ ਸੁਣਵਾਈ ਕੀਤੀ ਹੈ, ਮੇਰੇ ਵੀਰਾਂ ਨੂੰ ਘੱਲਿਆ ਕਿ ਮੇਰੇ ਨਾਲ ਜੋ ਗਲਤ ਹੁੰਦੇ ਆ ਮੇਰਾ ਇਨਸਾਫ ਹੋਵੇ। ਸਰ ਤੁਸੀਂ ਇੱਥੋਂ ਤੁਸੀਂ ਕਿਵੇਂ ਇਸ ਲੜਕੀ ਨੂੰ ਜਨਾਨੀ ਕੋਲ ਪਹੁੰਚੇ ਸੀ? ਸਰ ਮੈਂ ਇਹ ਜਨਾਨੀ ਕੋਲ ਇਸ ਤਰ੍ਹਾਂ ਪਹੁੰਚੀ, ਮੇਰਾ ਨਾਲ ਦਾ ਮੈਨੂੰ ਵੇਚ ਗਿਆ ਸੀ ਘਰ ਤੋਂ, ਉਹ ਆਂਟੀ ਨੇ ਗਾਂਹ ਮੈਨੂੰ ਇਹਦੇ ਕੋਲ ਵੇਚਤਾ। ਸਰ ਸਰ ਮੈਂ ਹੁਣ ਇਹਦੇ ਕੋਲ 2 ਸਾਲ ਹੋਣ ਨਹੀਂ ਰਹੇ ਨੇ, ਮੈਨੂੰ ਕੁੱਟ ਦੇ ਮਾਰਦੇ ਆ। ਸਰ ਮੇਰੇ ਕੋਲ 2 ਨੰਬਰ ਦਾ ਧੰਦਾ ਖਲਾਉਂਦੇ ਆ, ਸਾਰੇ ਉੱਥੇ ਪਤਾ ਆ ਕਿ ਇਹ ਗਲਤ ਕੰਮ ਕਰਦੇ। ਸਰ ਮੈਨੂੰ ਕੱਲ੍ਹ ਵੀ ਇਹਨਾਂ ਨੇ ਬਹੁਤ ਕੁੱਟਿਆ ਮਾਰਿਆ, ਮੇਰੇ ਗਰਦਨ 'ਤੇ ਵੀ ਨਿਸ਼ਾਨ ਪਏ ਹੋਏ ਆ, ਹੱਥਾਂ ਪੈਰਾਂ 'ਤੇ ਵੀ ਨਿਸ਼ਾਨ ਪਏ ਹੋਏ ਆ। ਵੇਖ ਲਓ ਕਿ ਮੈਨੂੰ ਇਹਨਾਂ ਨੂੰ ਸਾੜਦੇ ਵੀ ਸੀ, ਮੈਨੂੰ ਮਾਰਦੇ, ਬੈਸਬੋਲਾਂ ਨਾਲ ਕੁੱਟਦੇ ਸੀ। ਹਾਂਜੀ ਸਰ, ਉਸ 'ਤੇ ਡੀਜੇ ਲਾ ਦਿੰਦੇ ਸੀ ਕਿ ਕਿਸੇ ਨੂੰ ਬਾਰ ਬਾਰ ਸੁਣਾਈ ਨਾ ਦੇਵੇ ਚੀਕਾਂ ਆਉਣ ਦੀ, ਰੌਲਾ ਪਾਉਣ ਦੀ। ਸਰ ਸਰ ਮੈਂ ਤੰਗ ਹੋ ਕੇ ਵੀਡੀਓ ਪਾਈ ਸੀ ਵੀਰੇ ਪ੍ਰਤਾਪ ਨੂੰ ਕਿ ਵੀਰ ਨੂੰ, ਅਤੇ ਸਰ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ, ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ। ਮੇਰੇ ਵੀਰਾਂ ਨੇ ਆਣ ਕੇ ਮੈਨੂੰ ਛੁਡਾਇਆ ਹੈ ਅੱਜ ਦੀ ਅੱਜ ਹੀ ਸਰ, ਪਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਥੈਂਕ ਯੂ ਵੀਰੇ ਪ੍ਰਤਾਪ ਸਰ ਮੈਨੂੰ।